ਇਹਨੇ ਲੈਣ ਦੀ ਮਲੰਗਣੀ ਤੇ ਮਲੰਗਤ ਬਣ ਗਿਆ ਨਾਲ ਤੇ ਆਖਿਆ ਕਿ ਮੈਂ ਬੜਾ ਬਾਦਸ਼ਾਹ ਬਣ ਗਿਆ ਆਏ ਤੇ ਇਹਨੇ ਜਹਾਜ਼ਾਂ ਦੀ ਉੱਤੇ ਚੜਿਆ ਦਾ ਹੁੰਦਾ ਇਹਨੂੰ ਕਾਹਦੀ ਪਈ ਦੇ ਲੰਗਰਾਂ ਦੀ ਲੰਗਰ ਉਹ ਵਿਚਾਰੇ ਵਾਲੀ ਕਿਤੇ ਪਕਾ ਛੜੀ ਦਾਲ ਲਈ ਤੇ ਲੋਕਾਂ ਨੂੰ ਖਿਲਾ ਲਈ ਰੋਟੀ ਤੁਸੀਂ ਪਾਕਿਸਤਾਨੀ ਤਰੀਖ 'ਚ ਵੇਖ ਲਵੋ ਸਭ ਤੋਂ ਜ਼ਿਆਦਾ ਬਾਹਰੋਂ ਪੈਸਾ ਕਿਹੜੀ ਘੁੰਮਾ ਜਾਇਆ 100 ਤੇ ਕਿੰਨੇ 26 ਦਿਨਾਂ ਦਾ ਧਰਨਾ ਲਾਇਆ ਸਾਊ ਤੇ ਇਹਨੇ ਤੇ ਇਹ ਸ਼ੁਰੂਆਤ ਫੇਰ ਇਹਨੂੰ ਪਤਾ ਸੂਰਤ ਜਾਣੀ ਲੱਗ ਜਿਹੜਾ ਤਾਂ ਮੈਂ ਸਤੀਫਾ ਨਹੀਂ ਦੇਣਾ ਤੂੰ ਮਿੰਟ 'ਚ ਸਤੀਫਾ ਦੇ ਕੇ ਆਉਣਾ ਮੈਂ ਤੇ ਕਹਿੰਦੀ ਮੇਰੇ ਸਾਹਮਣੇ ਤੈਨੂੰ ਮੈਂ ਦੱਸਾਂਗਾ ਸਾਡੇ ਨਾਲ ਬਹਿ ਕੇ ਰੋਟੀ ਖਾ ਮੈਂ ਤੇ ਉਸ ਵਕਤ ਹੀ ਕਹਿੰਦਾ ਕਿ ਜਦੋਂ ਅਗਰ ਨਵਾਜ਼ ਸ਼ਰੀਫ ਨੂੰ ਮਤਲਬ ਪਿਛਾਂ ਹਟਾਤਾ ਤੇ ਅਸੀਂ ਘੱਟਾ ਹੀ ਫੱਕਦੇ ਰਹਾਂਗੇ ਅਸੀਂ ਕਾਰੋਬਾਰ ਕਰਨੇ ਆ ਤੇ ਸਾਰਾ ਦਿਨ ਘੱਟਾ ਹੀ ਫੱਕਨੇ ਆ ਕਿ ਹਮਾਰੀ ਜ਼ਿਹਨ ਯਹਾਂ ਤੱਕ ਬਣ ਚੁੱਕਿਆ ਹੈ ਕਿ ਹਮ ਇਸਕੋ ਚੈੱਕ ਕਰੇ ਕਿ ਇਹ ਇੱਕ ਇਨਸਾਨ ਹੈ ਜਾਂ ਕੋਈ ਜਿੰਨ ਹੈ ਸ਼ੁਭਾਸ਼ ਜੀ ਕਵਾਲੇ ਜੀ ਅਸਲਾਮ ਅਲੈਕਮ ਕੀ ਆਂਦਾ ਆਂਦਾ ਵੀ ਸਾਰਾ ਕੁਝ ਮੁੱਕ ਗਿਆ ਆਂਦਾ ਪਿਆ ਸਾਰਾ ਖਤਮ ਹੋ ਗਿਆ ਕਰਾਪਸ਼ਨ ਤੇ ਜਿਹੜੇ ਗਰੀਬ ਆ ਭੁੱਖੀ ਮਰਨ ਡਈ ਇਹਨਾਂ ਨੂੰ ਵੀ ਦੇਣਾ ਕੁਝ ਆਪ ਹੀ ਨਾ ਨਵੀਆਂ ਨਵੀਆਂ ਡਿਸ਼ਾਂ ਖਾਏ ਸਾਡੇ ਨਾਲ ਗਰੀਬ ਆਮ ਦੇ ਨਾਲ ਬਹਿ ਕੇ ਖਾਏ ਬਹਿ ਕੇ ਖਾਏ ਗਰੀਬ ਆਮ ਦੇ ਨਾਲ ਇਹਨੂੰ ਪਤਾ ਲੱਗੇ ਕਿ ਗਰੀਬੀ ਮੇਰੀ ਦਾ ਕੀ ਮਸਲਾ ਹੈ ਇਹਨੇ ਲੈਣ ਦੀ ਮਲੰਗਣੀ ਤੇ ਮਲੰਗਤ ਬਣ ਗਿਆ ਨਾਲ ਤੇ ਆਖਿਆ ਕਿ ਮੈਂ ਬੜਾ ਬਾਦਸ਼ਾਹ ਬਣ ਗਿਆ ਉਹਨਾਂ ਦੇ ਲੰਗਰ ਕਾਹਦੀ ਬਾਦਸ਼ਾਹੀ ਹੈ ਗਰੀਬ ਆਮ ਭੁੱਖੀ ਮਰਨ ਡਈ ਦੀ ਹੈ ਇਹਨੂੰ ਪਤਾ ਲੱਗੇ ਇਹਨੂੰ ਆਖੋ ਸਾਡੇ ਨਾਲ ਬਹਿ ਕੇ ਖਾਣਾ ਖਾਏ ਉਹ ਆਖੇ ਡੇਲੀ ਗਰੀਬ ਆਟਾ ਨਹੀਂ ਲੈ ਖਾ ਸਕਦਾ ਗਰੀਬ ਆਂਡੀ ਚ ਘਿਓ ਨਹੀਂ ਲੈ ਕੇ ਪਾ ਸਕਦਾ ਪਿਆਜ਼ ਨਹੀਂ ਲੈ ਕੇ ਪਾ ਸਕਦਾ ਇਹਨੇ ਕਾਕਾ ਦੀ ਮਕਾ ਛੜੀਏ ਕਰਾਪਸ਼ਨ ਸਾਰਿਆਂ ਤੋਂ ਵੱਡਾ ਕਰਾਪਸ਼ਨ ਤੇ ਇਹ ਆ ਗਿਆ ਇਹਦੇ ਚ ਕਿਹੜੀ ਬੰਦਿਆਂ ਵਾਲੀ ਗੱਲ ਆਈ ਹੈ ਅਰਚਾ ਕੋ ਤਰੀਕਾ ਮੈਂ ਤੇ ਕਹਿੰਦੀ ਮੇਰੇ ਸਾਹਮਣੇ ਤੈਨੂੰ ਮੈਂ ਦੱਸਾਂਗਾ ਸਾਡੇ ਨਾਲ ਬਹਿ ਕੇ ਰੋਟੀ ਖਾ ਹਾਂ ਫਿਰ ਤੈਨੂੰ ਪਤਾ ਲੱਗੇ ਬਾਦਸ਼ਾਹੀ ਦਾ ਕਿਆ ਕਰੀਦੀ ਆ ਗਰੀਬੀ ਤਾਂ ਮੇਰੀ ਇੱਕ ਜੈਸੇ ਹੋਵੋ ਫਿਰ ਕਰਨਾ ਆਪੇ ਨੇ ਨਾਲ ਦਿਆ ਲੇਕਿਨ ਉਹਨਾਂ ਤੇ ਬਹਿ ਕੇ ਲੰਗਰ ਖਾਦਾ ਗਰੀਬਾਂ ਨੇ ਲੰਗਰਾਂ ਦਾ ਸ਼ੁਰੂ ਕੀਤਾ ਨਾ ਲੰਗਰ ਕਿਹਨੂੰ ਲੰਗਰ ਦੇਣਾ ਸਾਹ ਖਾ ਸਾਹਿਬ ਨੇ ਲੰਗਰਾਂ ਦਾ ਸ਼ੁਰੂ ਕੀਤਾ ਨਾ ਤੇ ਗਰੀਬਾਂ ਨਾਲ ਬਹਿ ਕੇ ਤੇ ਲੰਗਰ ਆਪਣੇ ਵਾਸਤੇ ਲੰਗਰ ਕਿੱਥੇ ਖਾਂਦਾ ਪਿਆ ਆਏ ਦਿਨ ਜਹਾਜ਼ਾਂ ਦੇ ਉੱਤੇ ਚੜਿਆ ਦਾ ਹੁੰਦਾ ਆਏ ਦਿਨ ਜਹਾਜ਼ਾਂ ਦੇ ਉੱਤੇ ਚੜਿਆ ਦਾ ਹੁੰਦਾ ਇਹਨੂੰ ਕਾਹਦੀ ਪਈ ਦੇ ਲੰਗਰਾਂ ਦੀ ਲੰਗਰ ਉਹ ਵਿਚਾਰੇ ਵਾਲੀ ਕਿਤੇ ਪਕਾ ਛੜੀ ਦਾਲ ਲਈ ਤੇ ਲੋਕਾਂ ਨੂੰ ਖਿਲਾ ਲਈ ਰੋਟੀ ਗਰੀਬਾਂ ਨੂੰ ਉਹ ਵੀ ਜਿਹੜੇ ਕੋਈ ਉਧਰ ਨੇੜੇ ਤੇੜੇ ਨੇ ਵਿਚਾਰ ਆਪਣੀ ਵਾਮ ਨੂੰ ਗਏ ਆਪਣੇ ਪਾਸੇ ਹੀ ਇੱਧਰ ਵੀ ਕਰੇ ਨਾ ਕੁਛ ਫਿਰ ਇਹਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਗਰੀਬ ਆਮ ਦੇ ਸਾਸ ਕਰਨਾ ਇਹਦਾ ਕੋਈ ਸਾਸ ਨਹੀਂ ਮੇਰਾ ਪੁੱਤਰ ਇਹਨੇ ਲੋਕਾਂ ਨੂੰ ਮਜਬੂਰ ਕਰ ਛੜਿਆ ਮਜਬੂਰ ਹੋ ਕੇ ਲੋਕਾਂ ਨੂੰ ਹੁਣ ਬਾਹਰ ਨਿਕਲਣਾ ਤੇ ਫਿਰ ਇਹਨੂੰ ਪਤਾ ਸੂਰਤ ਜਾਣੀ ਲੱਗ ਜਿਹੜਾ ਆਂਦਾ ਮੈਂ ਸਤੀਫਾ ਨਹੀਂ ਦੇਣਾ ਤੂੰ ਮਿੰਟ 'ਚ ਸਤੀਫਾ ਦੇ ਕੇ ਆਉਣਾ ਸਹੀ ਕਰ ਰਹੇ ਨੇ ਇਸਤੀਫਾ ਲੈ ਰਹੇ ਨੇ ਉਹਨਾਂ ਦਾ ਬਿਲਕੁਲ ਸਹੀ ਕਰ ਰਹੇ ਨੇ ਬਿਲਕੁਲ ਆਪੋਜੀਸ਼ਨ ਨੂੰ ਮੁਤਮਈਨ ਮੁਤਮਈਨ ਅਸੀਂ ਨਾਲ ਤੁਸੀਂ ਸ਼ਾਮਲ ਹੋਗੇ ਤੇਰੇ ਨਾਲ ਹਾਂ ਬਿਲਕੁਲ ਹੋਵਾਂਗੇ ਕਿਉਂ ਨਹੀਂ ਹੋਣਾ ਅਸੀਂ ਭੁੱਖੇ ਮਰਨ ਡਿਆ ਹੋਣਾ ਕਿਉਂ ਨਹੀਂ ਲੇਕਿਨ ਹਕੂਮਤ ਪਾਬੰਦੀਆਂ ਲਾ ਰਹੀ ਕਹਿੰਦੀ ਧਰਨਾ ਨਹੀਂ ਹੁੰਦੇ ਕਿਉਂ ਨਹੀਂ ਧਰਨਾ ਹੁੰਦਾ ਇਹ ਜਿੱਦਾਂ ਲਾਇਆ ਸੀ ਇਹਨੇ ਕਿਉਂ ਲਾਇਆ ਸੀ 126 ਉਦਣ ਕੀ ਉਦਣ ਮਰ ਗਿਆ ਤੇ ਉਦਣ ਕਿਉਂ ਲਾਇਆ ਸੌ ਇਹਨੂੰ ਬੜਾ ਅੱਜ ਲਾਈ ਆ ਉਹਨਾਂ ਦੇ ਧਰਨੇ ਦੀ ਇਹਨੂੰ ਬੜੀ ਤਕਲੀਫ ਹੋਣ ਡਈ ਹੈ ਉਦਣ ਕਿਉਂ ਇਹਨੇ ਲਾਇਆ ਸੀ ਜਾਂਚ ਕਿਉਂ ਦੱਸੀ ਸੌ ਆਪੇ ਦਿੱਤੀ ਉਹ ਮਾਤੂ ਹੁਣ ਉਹਨਾਂ ਨੇ ਵਰਤਨੀ ਨਹੀਂ ਇਹਨੇ 100 ਤੇ ਕਿੰਨੇ 26 ਦਿਨਾਂ ਦਾ ਧਰਨਾ ਲਾਇਆ ਸੌ ਤੇ ਇਹਨੇ ਤੇ ਇਹ ਸ਼ੁਰੂਆਤ ਵੀ ਨਹੀਂ ਹੋਈ ਤੇ ਇਹਨੂੰ ਅੱਗ ਲੱਗ ਗਈ ਹੈ ਉਹਨਾਂ ਨੂੰ ਨਹੀਂ ਲੱਗੀ ਉਹ ਕਹਿੰਦੇ ਜੀ ਪੁਰਾਣੀ ਹਕੂਮਤ ਸੀ ਮੁਲਕ ਦਾ ਖਜ਼ਾਨਾ ਖਾਲੀ ਕਰ ਗਈ ਖਾਲਾ ਕਰ ਗਿਆ ਤੇ ਇਹਨੇ ਆਣ ਕੇ ਭਰ ਲਿਆ ਇਹਨੇ ਕੀ ਕੀਤਾ ਕੀ ਕੀਤਾ ਸੀ ਦੱਸੇ ਨਾ ਕਿ ਮੈਂ ਇਹ ਭਰਿਆ ਆਣ ਕੇ ਇਹਨੇ ਉਹਨਾਂ ਨੇ ਤਾਂ 5 ਸਾਲਾਂ 'ਚ ਉਹਨਾਂ ਕਰਜ਼ਾ ਲਿਆ ਸੀ ਤੇ ਇਹਨੇ ਸਾਲ ਵੀ ਨਹੀਂ ਹੋਏ ਤੇ ਇਹਨੇ ਦੂਣਾ ਕਰਜ਼ਾ ਲੈ ਲਿਆ ਇਹਨੇ ਕੀ ਕੀਤਾ ਤੇ ਵਾਮ ਗਰੀਬਾਂ ਦੀ ਮਰਨ ਡਈ ਦੀ ਉਹਦੇ ਬਾਰੇ ਦੇ ਵਿੱਚ ਲੋਕੀ ਰੋਟੀ ਖਾਂਦੇ ਹਨ ਸਕੂਨ ਦੀ ਮਾਰੋ ਘੁੱਟ ਘੁੱਟ ਕੇ ਜੁੱਤੀਆਂ ਮਾਰੋ ਅਸੀਂ ਤੇ ਨਹੀਂ ਜਮੋਤ ਮਿੰਡ ਦੀ ਕਾਰ ਕਰਦੇ ਕਿਤੇ ਕੋਈ ਅੱਛਾ ਕਿਉਂਕਿ ਇਹ ਪੁੱਲ ਦਾ ਕੰਮ ਸ਼ੁਰੂ ਹੋਇਆ ਨਾਲ ਕੁਆ ਚੜਿਆ ਅਸੀਂ ਇੱਥੇ ਰੋਜ਼ਾਨਾ ਮਿੱਟੀ ਖਾ ਰਹੇ ਹਾਂ ਕੋਈ ਆਦਮੀ ਘੁੰਮਦ ਆਣ ਕੇ ਦੇਖ ਲਵੇ ਮਿੱਟੀ ਨਹੀਂ ਹੈ ਤਾਂ ਫਿਰ ਅਸੀਂ ਜ਼ਿੰਮੇਦਾਰ ਹਾਂ ਅਸੀਂ ਬਿਮਾਰ ਹੋ ਗਏ ਹਾਂ ਪੀਣ ਲਈ ਸਾਫ਼ ਪਾਣੀ ਨਹੀਂ ਹੈ ਸੂਬਾ ਜਿਹੜਾ ਇਮਰਾਨ ਖਾਨ ਸਾਹਿਬ ਨੇ ਰੋਕੇ ਇਮਰਾਨ ਸਾਹਿਬ ਨੇ ਰੋਕਿਆ ਜੀ ਇਸ ਮੌਜੂਦਾ ਹਕੂਮਤ ਨੇ ਰੋਕਿਆ ਪਿਛਲੀ ਹਕੂਮਤ ਤਿਆਰ ਕਰਵਾ ਰਹੀ ਸੀ ਅਨਕਰੀਬ ਤਿਆਰ ਹੋਣ ਵਾਲਾ ਸੀ ਓਪਨਿੰਗ ਵੀ ਹੋਣ ਵਾਲੀ ਸੀ ਮਗਰ ਇਸ ਹਕੂਮਤ ਨੇ ਰੋਕ ਦਿੱਤਾ ਪਾਕਿਸਤਾਨ ਤਰੀਕੇ ਇਨਸਾਫ਼ ਕਹਿੰਦੀ ਕਿ ਮੁਲਕ ਦਾ ਖਜ਼ਾਨਾ ਖਾਲੀ ਕਰ ਗਏ ਨੇ ਤੇ ਹੁਣ ਭਰਦਿਆਂ ਟਾਈਮ ਲੱਗੇਗਾ ਤੇ ਉਹਨਾਂ ਨੇ ਮਨਸੂਬੇ ਰੋਕ ਹੀ ਦੇਣੇ ਨੇ ਦੇਖੋ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਇਹ ਨਹੀਂ ਗੱਲ ਕਹਿੰਦੇ ਨੇ ਕਿ ਮੌਜੂਦਾ ਹਕੂਮਤ ਜਿਹੜੀ ਹੈ ਖਾਲੀ ਖਜ਼ਾਨਾ ਲੈ ਕੇ ਬੈਠੀ ਹੈ ਮਗਰ ਦੇਖੋ ਤੁਸੀਂ ਪਾਕਿਸਤਾਨੀ ਤਰੀਖ 'ਚ ਵੇਖ ਲਵੋ ਸਭ ਤੋਂ ਜ਼ਿਆਦਾ ਬਾਹਰੋਂ ਪੈਸਾ ਕਿਹੜੀ ਹਕੂਮਤ 'ਚ ਆਇਆ ਇਮਰਾਨ ਖਾਨ ਦੀ ਹਕੂਮਤ ਵਿੱਚ ਆਇਆ ਠੀਕ ਹੈ ਡੈਮ ਦਾ ਪੈਸਾ ਕਿੱਥੇ ਗਿਆ ਆਵਾਮ ਨੂੰ ਦੱਸਣ ਅਸੀਂ ਤਾਂ ਇਸ ਗੱਲ ਨੂੰ ਲੈਂਦੇ ਹਾਂ ਉਸ ਤੋਂ ਬਾਅਦ ਇਹਨਾਂ ਨੇ ਜਿੰਨਾ ਪੈਸਾ ਲਿਆਂਦਾ ਆਵਾਮ ਨੂੰ ਦੱਸਣ ਬਿੱਲਾਂ ਦੇ ਵਿੱਚ ਡਬਲ ਟੈਕਸ ਅਸੀਂ ਦੇ ਰਹੇ ਹਾਂ ਆਵਾਮ ਦੇ ਰਹੀ ਹੈ ਟੈਕਸ ਤੁਹਾਡੇ ਸਾਹਮਣੇ ਸਿਆਲਕੋਟ ਤੋਂ ਪਰਸੂਰ ਰੋਡ ਖੰਡਰਾ ਪੇਸ਼ ਕਰ ਰਿਹਾ ਉਹਦਾ ਕੰਮ ਸ਼ੁਰੂ ਨਹੀਂ ਹੋਇਆ ਇਹ ਹੀ ਕਹਿੰਦੇ ਦੋ ਮਹੀਨੇ ਬਾਅਦ ਉਹ ਕਹਿ ਰਹੇ ਨੇ ਕਿ ਸਾਨੂੰ ਟਾਈਮ ਦਿਓ ਹਲੇ 13 ਮਾਹ ਹੋਏ ਨੇ ਸਾਨੂੰ ਜ਼ਿਆਦਾ ਟਾਈਮ ਨਹੀਂ ਹੋਇਆ ਉਹਦਾ ਪੈਸਾ ਤੇ ਸ਼ੋਅ ਵੀ ਹੋ ਗਿਆ ਤਾਂ ਕਿ 1 ਅਰਬ 76 ਕਰੋੜ ਰੁਪਈਆ ਦਾ ਸ਼ੋਅ ਹੋਇਆ ਉਹ ਕਿੱਥੇ ਗਿਆ ਕਿਹਦਾ
ਰਾਤ ਸਿਆਲਕੋਟ ਪਰਸੂਰ ਰੋਡ ਦਾ, ਉਹ ਕਿੱਥੇ ਗਿਆ? ਸ਼ਾਬਾਂ ਵਾਲਾ ਫਾਟਕ ਦਾ ਤਾਂ ਤੁਸੀਂ ਦੇਖ ਲਓ, ਪਿੱਲਰ ਖੜ੍ਹੇ ਕਰਕੇ ਦੇਖ ਲਿਆ ਮਾਮ ਨੂੰ, ਉਹਦਾ ਕੰਮ ਰੋਕ ਦਿੱਤਾ ਗਿਆ। ਉਹਦਾ 96 ਕਰੋੜ ਰੁਪਇਆ ਕਿੱਥੇ ਗਿਆ? 40 ਸਾਲ ਦੇ ਵਿੱਚ ਮੁਲਕ ਦੇ ਵਿੱਚ ਇੰਨਾ ਕਰਜ਼ਾ ਨਹੀਂ ਚੜਿਆ ਜਿੰਨਾ 15 ਸਾਲਾਂ 'ਚ ਚੜ ਗਿਆ ਪਾਕਿਸਤਾਨ ਤਰੀਕੇ ਨਾਲ। ਪੈਸਾ ਕਿੱਥੇ ਗਿਆ? ਨੌਵਾਂ ਦਸਾਂ ਮਹੀਨਿਆਂ ਦੇ ਵਿੱਚ ਇੰਨਾ ਪੈਸਾ ਬਾਹਰੋਂ ਆਇਆ, ਉਹ ਕਿੱਥੇ ਗਿਆ? ਇਮਰਾਨ ਸਾਹਿਬ ਹੋ ਰਹੀ ਹੈ ਬਗਦਾਦ ਤੇ ਖੁਦ ਬਿਲਕੁਲ ਠੀਕ ਨੇ, ਮਗਰ ਜਿਹੜੇ ਅਗਲੇ ਵਜ਼ੀਰ ਨੇ ਉਹਨਾਂ ਤੇ ਕਦੀ ਪੁੱਛਿਆ ਨਹੀਂ ਉਹਨਾਂ ਨੇ। ਤੁਹਾਨੂੰ ਇਹ ਪਤਾ ਮੁਰਗੀ ਵੱਡੀ ਈਦ ਦੇ ਉੱਤੇ 350 ਰੁਪਏ ਕਿਲੋ ਵਿਕੀ ਹੈ ਸਿਆਲਕੋਟ ਦੇ ਵਿੱਚ? ਵਿਕੀ ਕਿ ਨਹੀਂ ਵਿਕੀ? ਤਰੀਫ ਪੜ ਲਵੋ, ਸਿਆਲਕੋਟ ਦੇ ਵਿੱਚ ਕਿਸੇ ਵੀ ਟਾਈਮ ਦੇ ਉੱਤੇ ਇੰਨੀ ਰੇਟ ਨਹੀਂ ਹੋਇਆ। ਮਹਿੰਗਾਈ ਹੈ ਸੀ ਨਾ? ਮਹਿੰਗਾਈ ਹੈ ਸੀ, ਮਗਰ ਇੰਨੀ ਨਹੀਂ ਸੀ। 62 ਰੁਪਏ ਲੀਟਰ ਤੇਲ ਲੈਣਾ, 118 ਰੁਪਏ ਲੀਟਰ ਤੇਲ ਲੈ ਰਹੇ ਹਾਂ, ਠੀਕ ਹੈ। ਦਾਲ ਚਣਿਆਂ ਦਾ ਰੇਟ ਕੀ ਹੈ ਪੁੱਛ ਲਓ ਦੁਕਾਨਦਾਰ ਸਾਹਿਬ ਕੋਲ ਨੇ, ਹਰ ਚੀਜ਼ ਦਾ ਰੇਟ ਵੇਖ ਲਓ ਡਬਲ ਹੋ ਗਿਆ। ਆਪੋਜੀਸ਼ਨ ਧਰਨਾ ਕਰ ਰਹੀ ਹੈ, ਸਹੀ ਕਰ ਰਹੀ ਹੈ, ਹਕੂਮਤ ਠੀਕ ਕਰ ਰਹੀ ਹੈ, ਉਹਦਾ ਹਿਸਾਬ ਦੇਣ, ਕਿਉਂ ਨਹੀਂ ਦੇ ਰਹੇ? ਨਹੀਂ, ਅਸੀਂ ਤਾਂ ਮੁਤਮਿਨ ਕੋਈ ਨਹੀਂ ਹੈ। ਮਤਲਬ ਵੇਖੋ ਨਾ ਸੜਕ, ਸ਼ਹਿਰ ਦੀ ਸੜਕ ਜੀ, ਇਹ ਜਿਵੇਂ ਮਤਲਬ ਮੈਂ ਤਾਂ ਉਸ ਵਕਤ ਹੀ ਕਹਿੰਦਾ ਕਿ ਜਦੋਂ ਅਗਰ ਨਵਾਜ਼ ਸ਼ਰੀਫ ਨੂੰ ਮਤਲਬ ਪਿਛਾਂ ਹਟਾ ਦਿੱਤਾ ਤਾਂ ਅਸੀਂ ਘੱਟਾ ਹੀ ਫੱਕਦੇ ਰਹਾਂਗੇ, ਅਸੀਂ ਕਾਰੋਬਾਰ ਕਰਨੇ ਆ ਅਤੇ ਸਾਰਾ ਦਿਨ ਘੱਟਾ ਹੀ ਫੱਕਨੇ ਹਾਂ। ਇਹ ਸ਼ਹਿਰ ਦੀ ਸੜਕ ਹੈ, ਪੈਸਾ ਜਿਹੜਾ ਹੁੰਦਾ ਮਤਲਬ ਸਾਨੂੰ ਤਾਂ ਪਤਾ ਨਹੀਂ ਵੀ ਕਿੱਥੇ ਲੱਗਦਾ। ਉੱਧਰ ਜਾ ਕੇ ਦਰਿਆ ਦੇ ਕੰਢੇ 'ਤੇ ਮਤਲਬ 1 ਕਰੋੜ ਰੁਪਈਏ ਖਰਚ ਕਰ ਛੇ ਨੇ। ਇਹ ਸ਼ਹਿਰ ਦੀ ਸੜਕ ਹੈ, ਇਹ ਨਹੀਂ ਬਣਦੀ ਪਈ। ਇਹ ਜਿੰਨੇ ਵੀ ਅਸੀਂ ਕਾਰੋਬਾਰ ਕਰਨੇ ਆ, ਸਾਰੇ ਟੈਕਸ ਵੀ ਦੇਣੇ ਆ, ਕਿਰਾਏ ਦੇਣੇ ਆ, ਸਾਰਾ ਕੁਝ ਕਰਨੇ ਆ, ਇਹਦੇ ਵੱਲ ਕਿਉਂ ਨਹੀਂ ਧਿਆਨ ਹੁੰਦਾ? ਕਮ ਅਜ਼ ਕਮ ਇਹ ਤਾਂ ਬਣਾ ਛੜੇ, ਨੌਲਾ ਮੋੜ ਤੱਕ ਤਾਂ ਕਮੇਟੀ ਦੇ ਵਿੱਚ ਹੈ, ਇਹ ਸੜਕ ਇੰਨੇ ਚਿਰ ਦੀ ਇਸ ਤਰ੍ਹਾਂ ਹੀ ਹੈ, ਘੱਟਾ ਫੱਕਣ ਦੇ ਦਿਆਂ। ਜਰਾ ਥੋੜ੍ਹਾ ਜਿਹਾ ਬਾਰਿਸ਼ ਹੋ ਜਾਂਦੀ ਹੈ ਅਤੇ ਮਤਲਬ ਸੜਕ ਜਿਹੜੀ ਹੈ ਚਿੱਕੇ ਲੈ ਜਾ ਰਿਹਾ ਕਰਦਾ ਕੱਖ ਨਹੀਂ, ਸਾਰਾ ਕੁਝ ਟੈਕਸ ਲੈ ਜਾ ਰਿਹਾ ਕਰਦਾ ਕੱਖ। ਅਸੀਂ ਸਾਡੀ ਤਾਂ ਦੁਆ ਹੀ ਆ ਕਿ ਯਾ ਖੁਦਾਵੰਦ ਦਾ ਮਤਲਬ ਇਹ ਚਾਹੇ ਕਿਤੇ ਇਹਨੇ ਕਿ ਇਹਨੇ ਤਾਂ ਮਤਲਬ ਗਰੀਬਾਂ ਦਾ ਸੱਤਿਆਨਾਸ਼ ਕਰ ਰਹੀ ਹੈ। ਆਪੋਜੀਸ਼ਨ ਦਾ ਧਰਨਾ ਕਰ ਰਹੀ, ਠੀਕ ਕਰ ਰਹੀ? ਬਿਲਕੁਲ ਠੀਕ ਕਰ ਰਹੀ ਹੈ, ਮਤਲਬ ਤਾਂ ਉਹ ਤਾਂ ਧਰਨਾ ਕਰਨਾ ਚਾਹੀਦਾ। ਇਹਨੇ 126 ਦਿਨਾਂ ਦਾ ਕੀਤਾ ਸੀ ਅਤੇ ਕੀ ਕੀਤਾ ਸੀ? ਉਦੋਂ ਵੀ ਚਾਈਨਾ ਦਾ ਮਤਲਬ ਸਦਰ ਆ ਰਿਹਾ ਸੀ ਅਤੇ ਆਖਿਆ ਮੈਂ, ਔਰ ਪੁਲਿਸ ਨੂੰ ਵੀ ਮਾਰਦੇ ਹਨ ਸਾਰਾ ਕੁਝ, ਕਈਆਂ ਪੁਲਿਸ ਵਾਲਿਆਂ ਦੀਆਂ ਅੱਖਾਂ ਕੱਢ ਛੜੀਆਂ। ਇਹ ਹੁਣ ਕਿਹੜੀ ਗੱਲ ਤਕਲੀਫ ਹੁੰਦੀ ਹੈ? ਤਾਂ ਅਜੇ ਤਾਂ ਧਰਨਾ ਹੋਇਆ ਵੀ ਨਹੀਂ ਅਤੇ ਮਤਲਬ ਔਰ ਦੂਸਰੀ ਗੱਲ ਇੱਕ ਹੋਰ ਹੈ ਕਿ ਉੱਤੋਂ ਆਉਂਦੇ ਨੇ, ਠੀਕ ਹੈ ਅਸੀਂ ਇਜਾਜ਼ਤ ਦਿੰਦੇ ਹਾਂ, ਅਤੇ ਅੰਦਰੋਂ ਕੰਟੇਨਰ ਲਾਈ ਜਾਂਦੇ ਨੇ। ਇਹ ਕੀ ਵਜ੍ਹਾ ਹੈ? ਵੇਖੋ ਅੱਲਾ ਖੈਰ ਕਰੇ, ਮੈਂ ਤੇ ਆਪ ਖੁਦ ਵੀ ਥੋੜਾ ਜਿਹਾ ਹੱਥ ਪਾਵਾਂਗਾ। ਜਿਹੜੀ ਡੰਡਾ ਬਜ਼ਾਰ ਲੋਕ ਤਿਆਰ ਕੀਤੇ ਸਨ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੇ, 1 ਲੱਖ ਤੋਂ ਜ਼ਿਆਦਾ ਨਾ ਡੰਡਾ ਬਰਦਾਲ ਲੋਕ ਤਿਆਰ ਕੀਤੇ ਸਨ। ਹਰ ਆਦਮੀ ਦੇ ਮਤਲਬ ਘਰੇਲੂ ਚਾਹੁੰਦੇ ਹੁੰਦੇ ਨੇ, ਸਿਆਸੀ ਲੀਡਰਾਂ ਦੇ ਜਿਹੜੇ ਆਲੇ ਦੁਆਲੇ ਉਹਦੀ ਹਿਫਾਜ਼ਤ ਕਰਦੇ ਨੇ, ਮਤਲਬ ਕੋਈ ਡੰਡਾ ਬਰਦਾਰ ਨਹੀਂ। ਉਹ ਜਦੋਂ ਆਏਗਾ ਤੁਸੀਂ ਵੇਖ ਲਿਓ, ਕਿਤੇ ਨਹੀਂ ਡੰਡਾ ਬਰਦਾਰ ਕੋਈ ਨਹੀਂ। ਫੌਜ ਡੰਡਾ ਬਰਦਾਰ ਉਸਕੇ ਨਾ ਪੂਰੀ ਬਕਾਇਦਾ ਇੱਕ ਫੌਜ ਜੋ ਨੇ ਉਸਨੇ ਤਿਆਰ ਕੀ ਹੈ, ਫੌਜ ਤਿਆਰ ਕੀ ਹੈ, ਚੰਦ ਲੋਕ ਤੋਂ ਨਹੀਂ ਹੈ ਨਾ? ਚੰਦ ਲੋਕ ਨਹੀਂ, ਉਹ ਤਾਂ ਕਾਫੀ ਆਪ ਨੇ ਵੀਡੀਓ ਮੈਂ ਦੇਖੇ ਹੋਏ, ਉਹ ਤਾਂ ਕਾਫੀ ਤਾਦਾਦ ਮੇਂ ਲੋਕ ਨੂੰ ਤਿਆਰ ਕੇ, ਔਰ ਪੂਰਾ ਜੈਸੇ ਇੱਕ ਜੰਗ ਕਾ ਮਾਹੌਲ ਬਣਾਉਣਾ ਨਾ ਉਸਨੇ, ਹਜ਼ਰਤ ਮਾਨ ਉਹ ਐਸਾ ਮਾਹੌਲ ਉਸਨੇ ਬਣਾਇਆ ਹੋਇਆ। ਹਾਲਾਂਕਿ ਹਮਾਰਾ ਕੋਈ ਵੀ ਕਾਨੂੰਨ ਬਲਕਿ ਕਿਸੇ ਵੀ ਮੁਲਕ ਮੇਂ ਰਿਆਸਤ ਮੇਂ ਇੱਕ ਜੋ ਰਿਆਸਤ ਫੌਜ ਬਣਾਉਣੇ ਕਾ ਕਿਸੇ ਕੋ ਵੀ ਹੱਕ ਨਹੀਂ। ਅਗਰ ਤੁਹਾਨੂੰ ਇਤਜਾਜ ਕਰਨਾ, ਇੱਕ ਆਰਾਮ ਤਰੀਕੇ ਜੋ ਇੱਕ ਅਸੂਲੀ ਤਰੀਕਾ ਜੋ ਇਮਰਾਨਾਂ ਨੇ ਵੀ ਕੀਆ, ਆਏ ਔਰ ਇਤਜਾਜ ਕਰੇ, ਆਪਣਾ ਰਿਕਾਰਡ ਕਰਾਏ। ਇੱਕ ਡੰਡਾ ਬਰਦਾਰ, ਬਲਕਿ ਮੈਨੇ ਤਾਂ ਦੇਖਿਆ ਕਿ ਗਨ ਮੈਨ ਜੋ ਉਹ ਵੀ ਉਹਨਾਂ ਨੇ ਉਸਨੇ ਕੀ ਗੁੰਡਾਗਰਦੀ ਕਰ ਰਹੇ ਹੈ, ਪ੍ਰੋਪਰ ਤਰੀਕੇ ਸੇ ਗੁੰਡਾਗਰਦੀ ਕਰ ਰਹੇ। ਅਭੀ ਇਮਰਾਨ ਹੈ ਜੋ ਅਭੀ ਵੋ ਤੋ ਉਸਕੋ ਆਏ ਹੋਏ ਕਿਤਨੇ ਦਿਨ ਹੋਏ, ਜੋ ਅਭੀ ਉਸਕੋ ਡਿਲੀਵਰ ਕਰਨੇ ਕਾ ਮੌਕਾ ਹੀ ਨਹੀਂ ਮਿਲਾ। ਵੋ ਇੱਕ ਇਮਾਨਦਾਰ ਲੀਡਰ ਹੈ, ਅਗਰ ਉਸਕੋ ਮੌਕਾ ਮਿਲੇ ਤਾਂ ਇਨਸ਼ਾਅੱਲਾ ਤਾਲਾ ਮੁਲਕ ਆਪਣੇ ਪੈਰਾਂ ਪੇ ਖੜਾ ਹੋਗਾ। ਇਹ ਕਹਿ ਰਹੇ ਹੈ ਯਹਾਂ ਪੇ ਜੋ ਮਨਸੂਬਾ ਹੈ ਇਹ ਰੋਕ ਦਿਆ ਗਿਆ ਹੈ, ਯਹਾਂ ਪੇ ਬੜੀ ਜਨਰਲ ਸੀ ਬਾਤ ਬਤਾਨੇ ਲਗਾ ਹੂੰ ਕਿ ਨੂਨ ਲੀਗ ਕੇ ਹਵਾਲੇ ਸੇ, ਯਹ ਹਰ ਕਿਸੀ ਕਾ ਆਪਣਾ ਇੱਕ ਨਜ਼ਰੀਆ ਹੋਤਾ ਹੈ, ਸੋਚ। ਮੇਰੇ ਇੱਕ ਦੋਸਤ ਹੈ, ਵੋ ਮੁਝੇ ਕਹੇ ਨੂਨ ਲੀਗ ਕੇ ਬਾਰੇ ਸੇ ਮੈਂ ਬਾਤ ਬਤਾਨੇ ਲਗਾ ਆਪਕੋ, ਵੋ ਕਹਤੇ ਹੈ ਕਿ ਜੀ ਨਵਾਜ਼ ਸ਼ਰੀਫ ਕੋ ਸ਼ਬਾਜ਼ ਸ਼ਰੀਫ ਕੇ ਬਾਰੇ ਮੈਂ ਚਾਹਨਾ ਨਹੀਂ ਇੱਕ ਜੀ ਕਰਨਾ ਸ਼ੁਰੂ ਕੀਆ ਕਿ ਹਮਾਰੇ ਜ਼ਹਿਨ ਯਹਾਂ ਤੱਕ ਬਣ ਚੁੱਕੇ ਹੈ ਕਿ ਹਮ ਇਸਕੋ ਚੈੱਕ ਕਰੇਂ ਕਿ ਯਹ ਇੱਕ ਇਨਸਾਨ ਹੈ ਯਾ ਕੋਈ ਜਿੰਨ ਹੈ ਸ਼ਬਾਜ਼ ਸ਼ਰੀਫ ਕੇ ਹਵਾਲੇ ਸੇ। ਇਹ ਮੇਰੇ ਇੱਕ ਕੁਲੀਗ ਹੈ, ਮੇਰੇ ਦੋਸਤ ਵੋ ਕਮੈਂਟਸ ਕਰ ਰਹੇ ਸ਼ਬਾਜ਼ ਸ਼ਰੀਫ ਕੇ ਹਵਾਲੇ ਸੇ, ਹਾਲਾਂਕਿ ਸਾਰੀ ਦੁਨੀਆ ਜਾਣਦੀ ਹੈ ਕਿ ਯਹ ਕਰਪਟ ਲੋਕ ਹੈ, ਉਹਨਾਂ ਨੇ ਭਰਪੂਰ ਤਰੀਕੇ ਸੇ ਕਰਪਸ਼ਨ ਕੀ ਹੈ। ਔਰ ਮੈਂ ਘਰ ਜਾਣਾ।
ਨਹੀਂ ਬਾਈ ਤੁਸੀਂ ਔਖਾ ਕੰਮ ਕੀਤਾ, ਮੈਂ ਕਿਹਾ ਤੁਸੀਂ ਹੀ ਔਖੇ ਹੋ ਬਾਈ। ਬੋਲੇ ਨਾ ਭਾਈ ਕੋਸ਼ਿਸ਼ ਨਹੀਂ ਦੇਗੀ ਬੰਦਾ।